ਈਸ਼ਰ ਮੱਖਣ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਬਿਲਕੁਲ ਕਿਸਾਨੀ ਦੇ ਹੱਕ ਵਿੱਚ ਚੱਲ ਰਹੇ ਜੀ। ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੱਕ ਪਹੁੰਚਾਂਗੇ। ਸੋ ਵੀਰ ਗਗਨਦੀਪ ਸਿੰਘ ਵੜੈਚ ਫੌਜੀ ਸਾਹਿਬ, ਸਾਬਕਾ ਫੌਜੀ, ਇਹਨਾਂ ਦੇ ਨਾਲ ਅਸੀਂ ਅੱਗੇ ਵੀ ਬੜੀਆਂ ਮੁਹਿੰਮਾਂ 'ਤੇ ਜਾਂਦੇ ਰਹੇ। ਅਸੀਂ 16 ਵਿਧਾਨ ਸਭਾ ਹਲਕੇ ਪੰਜਾਬ ਦੇ ਕਵਰ ਚਰਚ ਕਰ ਚੁੱਕੇ ਹਾਂ, ਜਿਹਦੇ 'ਚ 20 ਤੋਂ 25 ਕਿਲੋਮੀਟਰ ਦੌੜ ਕੇ ਕਰਦੇ ਰਹਿੰਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ 117 ਹਲਕੇ ਪੂਰੇ ਕਰਾਂਗੇ, ਕਿਉਂਕਿ ਲੋਕਡਾਊਨ ਕਰਕੇ ਸਾਨੂੰ ਇਹ ਕੰਮ ਰੋਕਣਾ ਪਿਆ। ਸੋ ਅੱਜ ਅਸੀਂ ਕਿਸਾਨੀ ਦੇ ਮਸਲੇ ਵਿੱਚ ਦਿੱਲੀ ਪਹੁੰਚ ਰਹੇ ਹਾਂ। ਸੋ ਅਸੀਂ ਕੱਲ੍ਹ ਤੱਕ ਦਿੱਲੀ ਸ਼ਾਮ ਤੱਕ ਪਹੁੰਚ ਜਾਵਾਂਗੇ, 30 ਘੰਟੇ ਵਿੱਚ ਲੱਗ ਪਾ। ਅਸੀਂ ਕੁਛ ਨਾਲ ਗੱਡੀਆਂ 'ਤੇ ਜਾਵਾਂਗੇ, ਕੁਛ ਸਾਈਕਲਾਂ 'ਤੇ ਜਾਵਾਂਗੇ, ਸਾਰੇ ਇਸ ਤਰ੍ਹਾਂ ਰਲ ਮਿਲ ਕੇ ਸਫ਼ਰ ਕਰਦੇ ਚੱਲਾਂਗੇ। ਮੇਰਾ ਨਾਮ ਕਵੀਸ਼ਰ ਮੱਖਣ ਸਿੰਘ ਹੈ ਜੀ।